ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਵੱਖ-ਵੱਖ ਸਮਾਜਿਕ ਧਾਰਮਿਕ ਵਪਾਰਕ ਸੰਗਠਨਾਂ ਦੇ ਵੱਲੋਂ ਕੇਰਲਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਹੋ ਰਹੇ ਹਿੰਦੂ ਅਤੇ ਸੰਘ ਵਰਕਰਾਂ ਦੇ ਉੱਪਰ ਹਮਲਿਆਂ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਜ਼ਿਲ੍ਹਾ ਪੱਧਰੀ ਰੋਸ ਧਰਨੇ ਲਗਾਏ ਜਾ ਰਹੇ ਨੇ। ਜਿਹੜਾ ਕੇਰਲਾ ਵਿੱਚ ਜੋ ਮਾੜੀਆਂ ਘਟਨਾ ਹੋ ਰਹੀਆਂ, ਜੋ ਸਾਡੇ ਹਿੰਦੂ ਵੀਰਾਂ ਦੇ ਕਤਲ ਹੋ ਰਹੇ ਹੈ, ਉਹ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ BJP ਦੇ ਨਾਲ ਮੋਢਾ ਮੋਢਾ ਲਾਏ ਖੜ੍ਹੇ ਹਾਂ ਹਿੰਦੂ ਭਰਾਵਾਂ ਨਾਲ, ਦਿਨ ਰਾਤ ਜਦੋਂ ਆਵਾਜ਼ ਮੰਨਗੇ ਹਾਜ਼ਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਕੁਛ ਵਕੀਲ ਉੱਥੇ ਇਕੱਠੇ ਹੋਏ ਕੋਰਟ ਦੇ ਵਿੱਚ, ਅਤੇ ਜੋ ਖਬਰਾਂ ਰੋਜ਼ ਪੜ੍ਹਦੇ ਸੀਗੇ ਕਿ ਕੇਰਲਾ ਦੇ ਵਿੱਚ ਇਸ ਤਰ੍ਹਾਂ ਦੀਆਂ ਹੱਤਿਆਵਾਂ ਹੋ ਰਹੀਆਂ, ਅਹਿੰਸਾ ਔਰ ਗੁੰਡਾਗਰਦੀ ਪੂਰੇ ਜ਼ੋਰਾਂ 'ਤੇ ਹੈ, ਅਤੇ ਉਸ ਦਾ ਮੀਡੀਆ ਜਿਹੜਾ ਉਹ ਵੀ ਕੋਈ ਜ਼ਿਆਦਾ ਪ੍ਰਚਾਰ ਨਹੀਂ ਕਰ ਰਿਹਾ, ਕਿਉਂਕਿ ਉਹਨਾਂ ਦੀ ਸਰਕਾਰ ਹੈ, ਪੁਲਿਸ ਉਹਨਾਂ ਦੀ ਹੈ, ਸਰਕਾਰ ਅਤੇ ਪੁਲਿਸ ਰਲੀਆਂ ਹੋਈਆਂ, ਅਤੇ ਉੱਥੇ ਹਿੰਦੂ ਜਥੇਬੰਦੀਆਂ 'ਤੇ ਉਹਨਾਂ ਦੇ ਵੱਧਦੇ ਅਸਰ ਨੂੰ ਵੇਖਦੇ ਹੋਏ ਉਹ ਉਹਨਾਂ ਦੇ ਕਤਲੋਗਾਰਤ ਦੇ ਵਿੱਚ, ਹਿੰਸਾ ਦੇ ਵਿੱਚ, ਗੁੰਡਾਗਰਦੀ ਵਿੱਚ ਸ਼ਾਮਿਲ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਰੇ ਨੂੰ ਜਗਾਇਆ ਜਾਵੇ, ਸਾਰਿਆਂ ਨੂੰ ਲੋਕਾਂ 'ਚ ਅਵੇਅਰਨੈਸ ਪੈਦਾ ਕੀਤੀ ਜਾਏ, ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਸਾਰੇ ਉਹਨਾਂ ਦੇ ਨਾਲ ਹੈ। ਜੇ ਉਹਨਾਂ 'ਤੇ ਕੋਈ ਜ਼ਬਰਦਸਤੀ ਹੋ ਰਹੀ ਹੈ ਤਾਂ ਅਸੀਂ ਇਕੱਠੇ ਹੋ ਕੇ ਸਾਰੇ ਕਿਉਂ ਨਾ ਅਸੀਂ ਗਵਰਨਰ ਨੂੰ ਮੈਮੋਰੈਂਡਮ ਦੇਈਏ DC ਦੇ ਥਰੂ, ਔਰ ਉਹ ਰਾਸ਼ਟਰਪਤੀ ਕੋਲ ਜਾਵੇ ਅਤੇ ਉਸ ਕੈਮਿਊਨਿਸਟ ਸਰਕਾਰ ਨੂੰ ਰਾਸ਼ਟਰਪਤੀ ਦਖਲ ਅੰਦਾਜ਼ੀ ਕਰਕੇ ਉਹਨਾਂ 'ਤੇ ਨੱਥ ਪਾਵੇ। ਇੰਨੀ ਗੱਲ ਕਹਿੰਦਾ ਹੋਇਆ ਮੈਂ BJP ਸਰਕਾਰ ਨੂੰ ਵੀ ਅਸੀਂ ਇਹ ਅਲੂਣਾ ਦਿੰਦੇ ਹਾਂ ਕਿ ਚੁੱਪ ਨਹੀਂ ਰਹਿਣਾ ਚਾਹੀਦਾ, ਅਤੇ ਉੱਥੇ ਦੀ ਜੋ ਕਾਰਵਾਈ ਹੈ ਉਸ ਦੀ ਸਰਕਾਰ ਨੂੰ ਹਿਲਾ ਕੇ, ਉੱਥੇ ਆਪਦੀ ਹੋਮ ਮਿਨਿਸਟਰੀ ਨੂੰ ਕਹਿ ਕੇ ਉੱਥੋਂ ਦੀ ਪੁਲਿਸ ਤੋਂ ਜਿਹੜੀ ਜੋ ਜ਼ਬਰਦਸਤੀ ਕਰ ਰਹੀ ਹੈ, ਕਮਿਊਨਿਸਟ ਪੁਲਿਸ ਵਾਲਿਆਂ ਨੂੰ ਦਬਾਅ ਨਾਲ ਕੰਮ ਕਰਵਾ ਰਹੀ ਹੈ, ਉਸ 'ਤੇ ਨੱਥ ਪਾਈ ਜਾਵੇ ਤਾਂ ਕਿ ਉੱਥੋਂ ਦੀ ਪੁਲਿਸ ਹੈ ਜਿਹੜੀ ਉਹ ਨਿਆਂ ਦਾ ਕੰਮ ਕਰੇ, ਨਾ ਕਿ ਉਸ ਕਮਿਊਨਿਸਟ ਸਰਕਾਰ ਦਾ ਸਾਥ ਦੇਵੇ। ਜੀ ਹਾਂਜੀ, ਦੇਖੋ ਜੋ ਕੇਰਲਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਹੀ ਭਾਰਤੀ ਜਨਤਾ ਪਾਰਟੀ, ਰਾਸ਼ਟਰੀ ਸਵੰਮ ਸੇਵਕ ਸੰਘ ਜਾਂ ਜੋ ਵੀ ਭਾਰਤ ਨੂੰ ਚਾਹਣ ਵਾਲੀਆਂ ਤਾਕਤਾਂ ਹੈ ਉਹਨਾਂ 'ਤੇ ਅੱਤਿਆਚਾਰ ਹੋਏ ਹਨ, ਔਰ ਲਗਾਤਾਰ BJP ਦੇ ਕਾਰਿਆਕਰਤਾ ਦੀ, ਸੰਘ ਦੇ ਕਾਰਿਆਕਰਤਾ ਦੀਆਂ ਹੱਤਿਆਵਾਂ ਹੋ ਰਹੀਆਂ ਹਨ, ਔਰ ਉਹਦੀ ਐਵਜ਼ ਦੇ ਵਿੱਚ ਸਮੁੱਚੀ ਭਾਰਤੀ ਜਨਤਾ ਪਾਰਟੀ, ਸਮੁੱਚੀ ਰਾਸ਼ਟਰੀ ਸਵੰਮ ਸੇਵਕ ਸੰਘ ਨੇ, ਅਧਿਵਕਤਾ ਪਰਿਸ਼ਦ ਨੇ ਅਜੇ ਉਪਰਾਲਾ ਚੱਕਿਆ ਸੀਗਾ ਵੀ ਹਰ ਡਿਸਟ੍ਰਿਕਟ ਹੈੱਡਕੁਆਟਰ 'ਤੇ, ਸਾਰੇ ਹਿੰਦੁਸਤਾਨ 'ਚ ਡਿਸਟ੍ਰਿਕਟ ਹੈੱਡਕੁਆਟਰ 'ਤੇ 1 ਮਾਰਚ ਨੂੰ ਧਰਨਾ ਦੇ ਕੇ ਉਹਦੇ ਅਲੱਗ ਅਲੱਗ ਸਮਾਜਿਕ ਸੰਸਥਾਵਾਂ ਤੋਂ, ਅਲੱਗ ਅਲੱਗ ਧਾਰਮਿਕ ਸੰਸਥਾਵਾਂ ਤੋਂ ਮੈਮੋਰੈਂਡਮ ਦੇ ਕੇ DC ਸਾਹਿਬ ਨੂੰ, DC ਸਾਹਿਬ ਦੇ ਥਰੂ ਰਾਸ਼ਟਰਪਤੀ ਨੂੰ ਮੈਮੋਰੈਂਡਮ ਦਿੱਤਾ ਜਾਵੇ, ਤਾਂ ਜੋ ਇਹ ਭਾਰਤ ਦੇ ਵਿੱਚ ਇਹ ਜਿਹੜਾ ਇਹ ਕਤਲੋ ਗੈਰਤ ਹੋ ਰਹੀ ਹੈ ਕੇਰਲਾ ਦੇ ਵਿੱਚ, ਇਹਨੂੰ ਬੰਦ ਹੋਣਾ ਚਾਹੀਦਾ, ਇਸ ਦੇ ਬਾਬਤ ਦੇ ਵਿੱਚ ਅੱਜ ਇਹ ਧਰਨਾ ਦਿੱਤਾ ਜਾਵੇ। ਸ਼੍ਰੀ ਮੁਕਤਸਰ ਸਾਹਿਬ ਤੋਂ TRSEM2D ਦੀ ਰਿਪੋਰਟ, ਜਗਤ ਸੇਵਕ, ਵੈਬ TV।